ਫਾਈਨਲੀ ਫਾਈਨਲੀ ਅੱਜ ਮੈਨੂੰ ਲੱਗਦਾ ਪਿਆ ਵੀ ਮੈਂ ਅੱਜ ਫ੍ਰੀ ਹੋਈ ਹਾਂ। ਸੋ ਇਹ ਇਕੱਲਾ ਬੱਚਿਆਂ ਲਈ ਇੰਡੀਪੈਂਡੈਂਸ ਡੇ ਨਹੀਂ ਹੁੰਦਾ, ਇਹ ਪੇਰੈਂਟਸ ਦੇ ਲਈ ਵੀ ਹੁੰਦਾ। ਸਿਰ ਤੋਂ ਐਂ ਲੱਗਦਾ ਵੀ ਜਿਵੇਂ ਬੜਾ ਨਾ ਭਾਰ ਲੈ ਗਿਆ ਹੁੰਦਾ, ਜ਼ਿਆਦਾ ਟੈਨਸ਼ਨ ਸੀ, ਘਰ ਵੀ ਮੈਨੇਜ ਕਰਨਾ ਹੈ ਨਾ, ਸਾਰੇ ਘਰ ਦੇ ਕੰਮ ਵੇਖਣੇ, 12-12 ਇੱਕ ਇੱਕ ਵੱਜ ਜਾਂਦਾ ਸੀ ਰਾਤ ਦਾ। ਮੈਂ ਬੜੀ ਜ਼ਿਆਦਾ ਖੁਸ਼ ਹਾਂ ਅਤੇ ਸੋ ਅਸੀਂ ਬੜੇ ਜ਼ਿਆਦਾ ਐਕਸਾਈਟਡ ਹਾਂ, ਬੜਾ ਜ਼ਿਆਦਾ ਫੰਕਸ਼ਨ ਕਰਾਂਗੇ ਅਤੇ ਜੋ ਵੀ ਇਨਫੋਰਮੇਸ਼ਨ ਹੋਏਗੀ, ਜੋ ਅਪਡੇਟ ਹੋਏਗੀ ਉਹ ਵੀ ਦਿਆਂਗੀ। ਹੈਪੀ ਇੰਡੀਪੈਂਡੈਂਸ ਡੇ। ਥੈਂਕ ਯੂ। ਮੈਡਲ ਕਾਹਦਾ ਪਾ ਕੇ ਆਈ ਹੈ? ਫੁੱਟਬਾਲ 'ਚ ਫਸਟ ਆਈ ਸੀ ਉਹਦਾ। ਇਹ ਕਦੋਂ ਆਈ ਸੀ? ਫਸਟ ਪੋਜੀਸ਼ਨ ਆ ਗਈ ਕੁੜੀ ਦੀ। ਓ ਨਹੀਂ, ਬੜੇ ਸੋਹਣੇ ਨੇ, ਸਰਟੀਫਿਕੇਟ ਲਿਆਂਦੇ। ਲੈ ਦਿਮਾਗ ਵੇਖ ਮੁੰਡੇ ਨੇ ਲਾਇਆ। ਲੋਕਾਂ ਦੀਆਂ ਬਾਹਾਂ ਤੇ ਮੋਢਿਆਂ ਤੇ ਖੜ ਤੇ ਮੇਰੀ ਉਂਗਲ ਤੇ ਖੜ ਤੇ। ਤੁਸੀਂ ਗੱਲਾਂ ਦੇ ਕੜਾਹ ਘੱਟ ਬਣਾਇਆ ਕਰੋ। ਹੈਲੋ ਗਾਈਜ਼, ਵੈਲਕਮ ਬੈਕ ਟੂ ਮਾਈ ਅਨਦਰ ਵਲੋਗ। ਹੋਰ ਕਿਵੇਂ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਸੋ ਟਾਈਮ ਹੋ ਚੁੱਕਿਆ ਹੈ, ਮੋਰਨਿੰਗ ਦੇ 10 ਵੱਜ ਚੁੱਕੇ ਨੇ, ਬੱਚੇ ਗਏ ਨੇ ਸਕੂਲ ਅਤੇ ਹੁਣ ਬਾਕੀ ਦੇ ਕੰਮ ਕਰੀਏ ਅੱਜ। ਅਤੇ ਅੱਜ ਏਂਜਲ ਦਾ ਲਾਸਟ ਪੇਪਰ ਅਤੇ ਮਲਾਪ ਦਾ ਇਹ ਆਹ ਵਾਲੇ ਸੈਸ਼ਨ ਦਾ ਲਾਸਟ ਡੇ। ਸ਼ੁਕਰ ਹੈ, ਫਾਈਨਲੀ 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 ਅੱਜ ਮੈਨੂੰ ਲੱਗਦਾ ਪਿਆ ਵੀ ਮੈਂ ਅੱਜ ਫ੍ਰੀ ਹੋਈ ਹਾਂ, ਕਿਉਂਕਿ ਇਹ ਬੱਚਿਆਂ ਦੀ ਨਹੀਂ ਮਤਲਬ ਇੰਡੀਪੈਂਡੈਂਸ ਡੇ ਵੇ। ਏਂਜਲ ਕਹਿੰਦੀ ਹੁੰਦੀ ਵੀ ਸਾਡੇ ਲਈ ਇੰਡੀਪੈਂਡੈਂਸ ਡੇ ਹੁੰਦਾ ਜਿੱਦਣ ਸਾਡੇ ਐਗਜ਼ਾਮ ਖਤਮ ਹੁੰਦੇ ਨੇ। ਸੋ ਇਹ ਇਕੱਲਾ ਬੱਚਿਆਂ ਲਈ ਇੰਡੀਪੈਂਡੈਂਸ ਡੇ ਨਹੀਂ ਹੁੰਦਾ, ਇਹ ਪੇਰੈਂਟਸ ਦੇ ਲਈ ਵੀ ਹੁੰਦਾ, ਮਦਰਸ ਦੇ ਲਈ ਤਾਂ ਖਾਸ ਕਰ। ਠੀਕ ਹੈ, ਇਹ ਬੱਚਿਆਂ ਦੇ ਐਗਜ਼ਾਮ ਨਹੀਂ ਹੁੰਦੇ, ਮਦਰਸ ਦੇ ਵੀ ਹੁੰਦੇ ਨੇ, ਮਦਰਸ ਦੇ ਜ਼ਿਆਦਾ ਹੁੰਦੇ ਨੇ ਬੱਚਿਆਂ ਨਾਲੋਂ। ਸੋ ਇੰਨੀ ਜ਼ਿਆਦਾ ਟੈਨਸ਼ਨ ਸੀ ਨਾ, ਬਹੁਤ ਜ਼ਿਆਦਾ, ਹੁਣ ਅੱਜ ਸ਼ੁਕਰ ਕੀਤਾ। ਮੇਰੇ ਸਿਰ ਤੋਂ ਐਂ ਲੱਗਦਾ ਵੀ ਜਿਵੇਂ ਬੜਾ ਨਾ ਭਾਰ ਲੈ ਗਿਆ ਹੁੰਦਾ ਅਤੇ ਅੱਜ ਮੈਂ ਰਿਲੈਕਸ ਫੀਲ ਕਰਦੀ ਪਈ ਹਾਂ। ਮੈਨੂੰ ਐਂ ਲੱਗਦਾ ਵੀ ਜਿਵੇਂ ਅੱਜ ਮੇਰੇ ਐਗਜ਼ਾਮ ਖਤਮ ਹੋਏ ਨੇ, ਜਦੋਂ ਆਪਣੇ ਬੋਰਡ ਐਗਜ਼ਾਮ ਖਤਮ ਹੁੰਦੇ ਸੀ ਨਾ 8th ਦੇ ਜਾਂ 10th ਦੇ, ਜਦੋਂ ਮੋਸਟਲੀ ਜਦੋਂ 10th ਦੇ ਹੋਏ ਸੀ ਨਾ ਖਤਮ, ਉਦੋਂ ਬੜੀ ਜ਼ਿਆਦਾ ਖੁਸ਼ੀ ਹੋਈ ਸੀ। ਅਤੇ ਕੋਈ ਵੀ ਐਗਜ਼ਾਮ ਜਦੋਂ ਖਤਮ ਹੁੰਦੇ ਸੀ ਉਵੇਂ ਦੀ ਅੱਜ ਮੈਨੂੰ ਫੀਲਿੰਗ ਆ ਰਹੀ ਵੀ ਜਿਵੇਂ ਅੱਜ ਮੇਰੇ ਐਗਜ਼ਾਮ ਖਤਮ ਹੋਏ ਹੁੰਦੇ ਨੇ। ਬਹੁਤ ਰਿਲੈਕਸ ਫੀਲ ਕਰ ਰਹੀ ਹਾਂ, ਕਿਉਂਕਿ ਬੜੀ ਜ਼ਿਆਦਾ ਟੈਨਸ਼ਨ ਸੀ, ਘਰ ਵੀ ਮੈਨੇਜ ਕਰਨਾ ਹੈ ਨਾ, ਸਾਰੇ ਘਰ ਦੇ ਕੰਮ ਵੇਖਣੇ, ਫਿਰ ਆਪਣੀਆਂ ਆ ਵੀਡੀਓਜ਼ ਵਲੋਗਸ ਵੀ ਦੇਖਣੇ, ਫਿਰ ਉਹਨਾਂ ਨੂੰ ਪੜ੍ਹਾਉਣਾ। 12-12 ਇੱਕ ਇੱਕ ਵੱਜ ਜਾਂਦਾ ਸੀ ਰਾਤ ਦਾ। ਸੋ ਫਾਈਨਲੀ ਅੱਜ ਮੈਂ ਫ੍ਰੀ ਹੋਈ ਹਾਂ, ਮੈਂ ਬੜੀ ਜ਼ਿਆਦਾ ਖੁਸ਼ ਹਾਂ। ਅਤੇ ਹੁਣ ਏਂਜਲ ਉਹਨਾਂ ਨੇ ਬਸ ਆ ਜਾਣਾ 12 ਵਜੇ, ਅਤੇ ਫਿਰ ਉਸ ਤੋਂ ਬਾਅਦ ਕੱਲ੍ਹ ਅਸੀਂ ਜਾਵਾਂਗੇ ਮੇਰੇ ਪੇਕੇ ਘਰ ਅਤੇ ਏਂਜਲ ਹੁਣਾਂ ਦੇ ਮਾਮੇ ਪਿੰਡ। ਸੋ ਅਸੀਂ ਬੜੇ ਜ਼ਿਆਦਾ ਐਕਸਾਈਟਡ ਹਾਂ, ਹੁਣ ਬਸ ਆ ਜਾਣ ਏਂਜਲ ਹੁਣੀ, ਅਤੇ ਫਿਰ ਮੈਂ ਵੀ ਕਰਦੀ ਹਾਂ ਪੈਕਿੰਗ। ਅਤੇ ਬਾਕੀ ਤੁਸੀਂ ਜੁੜੇ ਰਹੋ ਵਲੋਗਸ ਦੇ ਨਾਲ, ਕਿਉਂਕਿ ਵਲੋਗ ਜਿਹੜੇ ਨੇ ਉਹ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੇ ਨੇ, ਹੁਣ ਅਗਲੇ ਵਲੋਗ ਜਿਹੜੇ ਨੇ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੇ ਨੇ, ਕਿਉਂਕਿ ਇੱਥੇ ਜਾ ਕੇ ਅਸੀਂ ਬੜਾ ਜ਼ਿਆਦਾ ਫੰਕਸ਼ਨ ਕਰਾਂਗੇ। ਅਤੇ ਉੱਥੇ ਤੁਹਾਨੂੰ ਪਤਾ ਹੈ ਕਿ ਕੋਠੀਆਂ ਪੈ ਰਹੀਆਂ ਨੇ, ਘਰਾਂ ਦਾ ਕੰਮ ਚੱਲ ਰਿਹਾ, ਅਤੇ ਉੱਥੇ ਵੀ ਮੈਂ ਤੁਹਾਨੂੰ ਜਾ ਕੇ ਸਾਰਾ ਕੁਛ ਮਤਲਬ ਜੋ ਵੀ ਇਨਫੋਰਮੇਸ਼ਨ ਹੋਏਗੀ, ਜੋ ਅਪਡੇਟ ਹੋਏਗੀ ਉਹ ਵੀ ਦਿਆਂਗੀ। ਸੋ ਵਲੋਗ ਬਹੁਤ ਵਧੀਆ ਹੋਣ ਵਾਲੇ ਨੇ, ਜੁੜੇ ਰਹੋ ਮੇਰੇ ਵਲੋਗਸ ਦੇ ਨਾਲ। ਅਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਕਰਦੇ ਹਾਂ ਆਪਾਂ ਅੱਜ ਦਾ ਵਲੋਗ ਸਟਾਰਟ ਵਿਦਆਊਟ ਐਨੀ ਫਰਦਰ ਜੂ। ਲੈਟਸ ਗੈਟ ਸਟਾਰਟ ਟੂਡੇਜ਼ ਵਲੋਗ। ਆ ਕੀ ਪਾਇਆ ਮੈਂ? ਅੱਜ ਲਾਸਟ ਡੇ ਸੀ ਨਾ ਕਲਾਸ ਦਾ। ਹੈਪੀ ਇੰਡੀਪੈਂਡੈਂਸ ਡੇ। ਥੈਂਕ ਯੂ। ਅੱਜ ਤਾਂ ਇੰਨੇ ਮਜ਼ੇ ਕੀਤੇ ਅੱਜ ਅਸੀਂ। ਅੱਜ ਤੁਹਾਡਾ ਇੰਡੀਪੈਂਡੈਂਸ ਡੇ ਵੇ। ਆ ਉੱਤੇ ਨੂੰ ਚੱਜ ਨਾਲ ਲਾ ਕਿਵੇਂ ਲਾਇਆ ਪਿਆ? ਮੈਨੂੰ ਦਿਖ ਨਹੀਂ ਰਿਹਾ। ਇਹ ਕਿੰਨੇ ਬਣਾਏ ਆ? ਏਸ਼ਨਿਕਾ ਨੇ ਬਣਾਏ ਨੇ ਪੂਰੀ ਕਲਾਸ ਲਈ। ਬੁੱਧੇ ਬੁੱਧੇ ਦੇ ਉੱਡੇ ਪਏ ਨੇ ਸਾਰੇ। ਉੱਡੇ ਪਏ ਨੇ ਸਾਰੇ। ਬੁੱਧੇ ਉੱਡੇ ਰਹਿੰਦੇ ਨੇ। ਕੀ ਲਿਖਿਆ? ਦਾ ਟ੍ਰੀਓ ਬੈਸਟੀਸ। ਓਏ ਹੋਏ 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 ਹੋਏ। ਪੂਰੀ ਕਲਾਸ ਦੀ ਬਣਾਈ ਸੀ। ਮੈਡਲ ਕਾਹਦਾ ਪਾ ਕੇ ਆਈ ਹੈ? ਫੁੱਟਬਾਲ 'ਚ ਫਸਟ ਆਈ ਸੀ ਉਹਦਾ। ਇਹ ਕਦੋਂ ਆਈ ਸੀ? 26 ਸਤੰਬਰ 2020। ਸਰਟੀਫਿਕੇਟ ਵੀ ਮਿਲ ਗਿਆ, ਮਲਾਪ ਨੂੰ ਵੀ ਮਿਲਣ ਗਿਆ। ਉਦੋਂ ਮਿਲਿਆ ਨਹੀਂ ਸੀ ਨਾ ਸਾਨੂੰ।
ਫੁੱਟਬਾਲ ਦਾ ਰਹਿੰਦਾ ਸੀ, ਬਾਕੀ ਸਾਰੇ ਮਿਲਦੇ ਸੀ। 26 September 2023 ਦਾ ਆ ਫੁੱਟਬਾਲ ਚੈਂਪੀਅਨ। ਦੇਖੋ ਇੱਥੇ ਵੀ ਕੰਪੀਟੀਸ਼ਨ ਫਸਟ ਪੋਜੀਸ਼ਨ। ਹਾਂ ਪ੍ਰੀਤ ਕਿਉਂ ਲਿਖਿਆ ਹੈ? ਪਤਾ ਨਹੀਂ ਯਾਰ, ਮੇਰਾ ਨਾਮ ਅਟੈਂਡੈਂਸ ਰਜਿਸਟਰ ਤੇ ਰੀਤ ਹੈ, ਹੋਰ ਕਿਤੇ ਰੀਤ ਹੈ ਹੀ ਨਹੀਂ। ਚਲੋ ਵੀ ਫਸਟ ਪੋਜੀਸ਼ਨ ਆ ਗਈ ਕੁੜੀ ਦੀ। ਪਹਿਲਾਂ ਰੇਸ ਦੇ ਵਿੱਚ ਲਏ ਸੀ ਕਿੰਨੇ? 2 ਅੱਜ ਵੀ ਫਸਟ ਹੀ ਸੀ। ਚਲੋ 100 ਸੀ, 200 ਸੀ। ਫੁੱਟਬਾਲ ਮਾਰ ਮਾਰ ਕੇ ਇੱਥੇ ਸਿਰ ਸਾਡਾ ਖਾ ਜਾਂਦੀ, ਹਾਲੇ ਵੀ ਨਹੀਂ ਸੀ ਆਉਣੀ। ਇੱਕ ਤ੍ਰਿਸ਼ਾ ਨਿਆਲ ਆਏ ਸੀ ਥੰਮ ਪੇਪਰ ਤੇ, ਐਵੇਂ ਹਰਟ ਜਿਹਾ ਬਣਾ ਕੇ ਆਪਣਾ ਨਾਮ ਲਿਖਣਾ ਸੀ ਪੂਰੀ ਕਲਾਸ ਦੇ। ਤੁਸੀਂ ਤੇ ਐ ਕਰਦੀ ਜਿਵੇਂ ਬਸ ਤੁਹਾਡਾ ਸਕੂਲ ਚ ਵੀ ਲਾਸਟ ਡੇ ਹੁੰਦਾ, ਪੂਰੀ ਕਲਾਸ ਚ ਲਾਸਟ ਡੇ ਸੀ, ਮੁੜ ਕੇ ਅੱਧੇ ਬੱਚੇ ਨੇ ਹਟ ਜਾਣਾ ਨਾ। ਆ ਘੁੰਮੀ ਮੜਾ ਆ, ਅੱਧੇ ਬੱਚੇ ਨੇ ਹਟ ਜਾਣਾ। ਇੰਨੀ ਮਿਹਨਤ ਨਾਲ ਉਹ ਪੇਪਰ ਨਹੀਂ ਉਹਨੇ ਪੜਿਆ ਹੋਣਾ ਫਿਰ, ਹਨਾ? ਨਾ, ਇਸ਼ਤਿਹਾਰ ਸਾਰਿਆਂ ਨੇ ਬਣਾਏ ਸੀ, ਜਿਹਦਾ A to Z ਜਿਹੜਾ ਜਿੱਥੇ ਸੂਟ ਕਰਦਾ। ਆਰਵੀ ਆਰਵੀ ਦਾ ਵੀ ਟ੍ਰੀਓ, ਆਰਵੀ ਮੇਰਾ ਤੇ ਹਾਨਾ ਦਾ ਸੇਮ ਸੀ, ਤੇ ਭੂਮੀ ਦਾ ਡਾਂਸਰ ਸੀ, ਤਨਮੇ ਤੇ ਸੈਯਦ ਦਾ ਲੌਂਗੈਸਟ ਸ਼ਾਰਟੈਸਟ ਸੀ। ਚੱਲ ਸ਼ੁਕਰ ਹੈ ਫਾਈਨਲੀ ਐਂਜਲ, ਅੱਜ ਮੇਰਾ ਵੀ ਇੰਡੀਪੈਂਡੈਂਸ ਡੇ। ਐਂਜਲ ਫੋਨ ਦੇਖੂੰਗੀ, ਫੁੱਟਬਾਲ ਖੇਡੂੰਗੀ, ਬਸ ਖੇਡੂੰਗੀ ਅੱਜ ਤਾਂ। ਮੈਂ ਵੀ ਸ਼ੁਕਰ ਹੈ ਅੱਜ ਤੋਂ, ਮੈਂ ਵੀ ਮੇਰੀ ਟੈਨਸ਼ਨ ਮੁੱਕੀ। 16 ਦਿੱਲੀ ਵੇਲੀ ਪਤਾ ਮੇਰਾ ਨਹੀਂ, ਮੇਰੀ ਨਹੀਂ ਗੱਲ ਸੁਣਦੀ, ਦੇ ਨਾਲ ਮੇਰੀ ਕੋਈ ਮਿਹਨਤ ਨਹੀਂ ਸੀ ਹੈਗੀ। ਸ਼ੁਕਰ ਹੈ ਮੇਰੇ ਦਿਮਾਗ ਤੋਂ ਟੈਨਸ਼ਨ ਲੱਥੀ ਹੈ ਵੀ ਹਾਏ। ਆ ਸਰਦਾ ਸੀ ਇੰਨਾ ਦਿਮਾਗ ਖਾਦਾ, ਸਰ ਫੁੱਟਬਾਲ ਦੇ ਕਦਮ ਲੈਣਗੇ, ਕਦਮ ਲੈਣਗੇ, ਕਦਮ ਲੈਣਗੇ, ਲਾਸਟ ਡੇ ਤੇ ਮਿਲਣੇ। ਚਲ ਠੀਕ ਹੈ, ਚਲ ਹੁਣ ਕਰੋ ਚੇਂਜ, ਕਰੋ ਇੰਜੋਏ ਆਪਣੀ ਆਪਣਾ ਫੋਨ ਦੇ ਖੋਲ ਕੇ ਸ਼ਾਮ ਨੂੰ ਖੇਡੂਗੀ ਫੁੱਟਬਾਲ। ਚਲੋ ਠੀਕ ਹੈ, ਓਕੇ ਬਾਈਸ। ਮਮਾ ਆਈਸ ক্লোਜ਼ ਕਰੋ। ਕਿਉਂ ਆਈਸ ক্লোਜ਼ ਕਰੋ? ਕੀ ਕਰੇਗਾ? ਆਈਸ ক্লোਜ਼ ਕਰੋ, ਸਰਪ੍ਰਾਈਜ਼ ਹੈ। ਸਰਟੀਫਿਕੇਟ ਲਿਆਂਦੇ ਸੀ ਸੈਕਿੰਡ ਪੋਜੀਸ਼ਨ, ਇੱਕ ਜੋ ਥਰਡ ਆਈ ਹੈ, ਵੈਰੀ ਗੁੱਡ। ਚਲੋ ਕੋਈ ਗੱਲ ਨੀ ਪੁੱਤਰ, ਸੈਕਿੰਡ ਥਰਡ ਵੀ ਆਈ ਹੈ ਨਾ। ਇੱਕ ਚੀਜ਼ ਦਿਖਾ। ਹਾਂ ਇਹ ਕਿਹਦੇ ਚ ਆਏ ਸੀ ਦਿਖਾਇਆ? ਅੱਛਾ ਸਪੋਰਟਸ ਡੇ ਦੇ ਨੇ ਇਹ, ਹੁਣ ਮਿਲੇ ਨੇ? ਉਸ ਦਿਨ ਨੀ ਮਿਲੇ? ਸੈਕਿੰਡ ਪੋਜੀਸ਼ਨ ਰਿਲੇ ਦੇ ਵਿੱਚ ਥਰਡ ਕਿਉਂ ਆਈ ਪੁੱਤਰ? ਤੁਸੀਂ ਘੱਟ ਭੱਜੇ ਸੀ। ਨਹੀਂ ਆਉਂਦੇ ਇੱਕ ਚੀਜ਼ ਦਿਖਾਣਾ ਗਾਇਜ਼ ਨੂੰ, ਤੁਸੀਂ ਦੇਖ ਲਿਆ ਸੀ ਉਹ ਉਹਦਾ ਉਹ ਅੱਜ ਨਹੀਂ ਆਇਆ। ਕੀ ਚੀਜ਼ ਗਾਇਜ਼ ਨੂੰ ਚੀਜ਼ ਦਿਖਾਣਾ ਮੈਂ ਗਾਇਜ਼ ਨੂੰ? ਤੁਹਾਨੂੰ ਘੜੀ ਨਹੀਂ ਲੱਗਦੀ? ਆ ਕੀ ਹੈ, ਘੜੀ ਹੋਈ ਹੈ, ਖਾਲੀ ਹੈ, ਖਾਲੀ ਹੈ। ਇਹਦਾ ਤੇ ਮੈਨੂੰ ਵੀ ਪਤਾ, ਗੰਦੀ ਹੈ ਜੀ, ਇਹ ਤੇ ਮੈਂ ਹੀ ਰੱਖਿਆ ਸੀ ਇੱਥੇ। ਇਹ ਵੀ ਥਰਡ ਵਾਲਾ ਮੈਡਲ ਹੈ, ਅਭੀ ਸੈਕਿੰਡ ਵਾਲਾ ਬ੍ਰੋਂਜ਼ ਮੈਡਲ ਹੈ ਇਹ। ਅਭੀ ਹੈ ਮੇਰੇ ਦੋ ਫਾਸਟ ਜਾਣੇ। ਅੱਛਾ ਜੀ, ਅਭੀ ਸੈਕਿੰਡ ਵਾਲਾ ਵੀ ਹੈ। ਉਹ ਕਹਾਂ ਪਿਆ ਹੈ? ਅਭੀ ਆ ਰਹਾ ਹੈ, ਪਤਾ ਨਹੀਂ ਖੋ ਗਿਆ ਨਹੀਂ। ਉਹ ਕਹਾਂ ਪੇ ਖੋ ਗਿਆ? ਅਭੀ ਦੇਖ, ਇਹ ਦੋ ਮੈਡਲ ਆਪਕੇ ਹੈ। ਵਾਹ ਜੀ ਵਾਹ, ਇੰਨੇ ਮੈਡਲ ਲੈ ਲਏ ਮੁੰਡੇ ਨੇ, ਬੱਲੇ ਬੱਲੇ। ਇਹਨਾਂ ਦੇ ਨੀਚੇ ਨਾਮ ਲਿਖਿਆ ਕਿਉਂ ਨਹੀਂ ਹੈਗਾ? ਲਿਖਿਆ ਹੀ ਨਹੀਂ ਹੈਗਾ, ਉੱਤੇ ਲਿਖਿਆ। ਚਲੋ ਵੈਰੀ ਗੁੱਡ ਜੀ। ਅਭੀ ਇੱਕ ਔਰ ਵੀ ਸੈਕਿੰਡ। ਚਲੋ ਬਸ ਕਰੋ, ਆ ਵੀ ਸੈਕਿੰਡ ਵੀ ਹੈ। ਉਹ ਬਸ ਕਰੋ, ਆ ਵਧੀਆ ਬਣੀ। ਇਹ ਕੀ ਪੈਰਟ? ਵਾਓ, ਕਿੰਨੇ ਬਣਾਇਆ? ਮੈਂ ਹੈ ਆਪਣੇ ਆਪ ਪਹਿਲਾਂ ਤਾਂ ਕੱਟਿਆ, ਫਿਰ ਉਹਦੇ ਸਕੈਚ ਮਾਰਤਾ। ਅੱਖਾਂ ਉਹਨਾਂ ਦੀ ਲਾਲ ਹੀ ਹੁੰਦੀਆਂ ਨੇ, ਮੈਂ ਲਾਲ ਬਣਾਤੀ। ਬੜਾ ਸੋਹਣਾ ਬਣਾਇਆ ਮਲਾ ਆਪਣੇ। ਮੰਮਾ ਮੈਨੂੰ ਉਂਗਲੀ ਦੇ ਸਿੱਧਾ ਖੜ ਨਹੀਂ ਰਿਹਾ, ਇਸ ਲਈ ਮੈਂ ਸੋਚਿਆ ਜਿਵੇਂ ਲਿੰਗਰੀ ਨਹੀਂ ਹੁੰਦੀ ਕੋਈ, ਉਵੇਂ ਦਾ ਇਹਦੇ 'ਤੇ ਕੁਝ ਗੋਲ ਲਾ ਦੇਣਾ, ਚਪਕਾ ਦੇਣਾ।
ਤੇਰੇ ਮੂੰਹ ਫਿਰ ਉਹਨੂੰ ਐਵੇਂ ਪਾ ਦੂੰਗਾ, ਅੱਛਾ ਆਰਾਮ ਨਾਲ ਆਪ ਹੀ ਖੜ ਜੂਗਾ। ਬੱਲੇ ਦਿਮਾਗ ਵੇਖ ਮੁੰਡੇ ਨੇ ਲਾਇਆ, ਵੀ ਰਿੰਗ ਦੇ ਉੱਤੇ ਉਂਗਲ ਦੇ ਉੱਤੇ ਖੜਾਉਣ ਲਈ ਰਿੰਗ ਲਾ ਦਿਓ ਥੱਲੇ। ਵਾਓ ਜਗਾੜੀ ਮੁੰਡਾ ਹੈ ਜਗਾੜੀ, ਹੈ ਨਾ। ਫਿਰ ਲਾ ਦਿਓ ਰਿੰਗ, ਫਿਰ ਆਹ ਵਾਲੀ ਫਿੰਗਰ 'ਤੇ ਖੜ ਜਾਏਗਾ। ਕੋਈ ਹੈ ਹੀ ਨਹੀਂ ਫਿਰ ਮੈਂ ਰਿੰਗ ਰੂੰਗਾ। ਹਾਏ ਹਾਏ ਆਹ ਲੈ ਲਓ, ਇਹ ਆ ਨਹੀਂ ਤੁਸੀਂ ਆ ਪਾਈ ਰੱਖੋ, ਮੈਂ ਦੂਜੀ ਲੈ ਕੇ ਆਉਂਦੀ। ਹਾਏ ਡਿੱਗ ਗਿਆ ਮੇਰਾ ਜਿਹੜੀ, ਆ ਆ ਮੇਰੇ ਹੱਥ 'ਚ ਟਿਕਦੀ ਨਹੀਂ। ਫਿਰ ਤੇ ਵੱਡੀ ਆ, ਛੱਲਾ ਕੀ ਕਰੂੰਗਾ, ਛੱਲਾ ਹੈ ਇਹ ਛੱਲਾ। ਇਧਰਲੇ ਪਾਸੇ ਨਾ ਐਵੇਂ ਕਰ ਦੂੰਗਾ ਉਂਗਲੀ 'ਚ, ਇੰਨਾ ਕੀ ਪਏਗਾ ਕਿਉਂਕਿ ਉੱਪਰ ਟੱਚ ਆ ਜਾਏਗਾ ਐਵੇਂ ਐਵੇਂ। ਇਹਨੂੰ ਨਾ ਇੱਥੇ ਇੱਕ ਚਿਪਕਾ ਦੂੰਗਾ, ਇੱਥੋਂ ਮਾੜੀ ਜਿਹੀ ਜਿੰਨੀ ਉਂਗਲੀ ਲੰਘਣੀ ਹੋਏ ਐਵੇਂ ਲੰਘ। ਦਿਮਾਗ ਤੇ ਬੜਾ ਇੰਨਾ, ਪੜ੍ਹਾਈ 'ਚ ਲਾ ਲਿਆ ਕਰ ਮਲਾਪ। ਪੜ੍ਹਾਈ ਕੀ ਕਰਨੀ, ਅੱਛਾ ਪੜ੍ਹਾਈ ਕੀ ਕਰਨੀ, ਪੜ੍ਹਾਈ ਨਹੀਂ ਕੰਮ ਆਉਣਾ ਪੁੱਤਰ। ਸੁਣੀ ਲੱਗ ਨਹੀਂ ਰਹੀ, ਟੇਪ ਹੀ ਨਹੀਂ ਹੈਗੀ। ਗ੍ਰੀਨ ਹੋ ਜਾਣਾ, ਮੈਂ ਰੈਡ ਕਰ ਦੇਣਾ, ਫਿਰ ਇਧਰਲੇ ਪਾਸੇ ਵੀ ਕਰਨਾ ਸੀ। ਇਧਰਲੇ ਪਾਸੇ ਪਹਿਲਾਂ ਸਾਰਾ ਗ੍ਰੀਨ ਹੋਇਆ, ਫਿਰ ਜਦ ਮੈਂ ਇਹਦੇ ਉੱਪਰ ਰੈਡ ਚਲਾਇਆ ਐਵੇਂ ਦਾ ਕਲਰ ਹੋ ਗਿਆ, ਫਿਰ ਮੈਂ ਉਹਦੇ ਟੇਪ ਹੀ ਲਾ ਤੀ। ਮੈਂ ਕਿਹਾ ਐਵੇਂ ਗੰਦਾ, ਐਵੇਂ ਦੇ ਕੰਮ ਬੜੇ ਨੇ। ਖੜਾ ਕੇ ਵਿਖਾਈ ਆਪਣੀ ਉਂਗਲ 'ਤੇ, ਲੈ ਵੀ ਉਂਗਲ 'ਤੇ ਪੈਰਟ ਖੜਦਾ ਮਲਾਪ ਦੀ। ਲੋਕਾਂ ਦੀਆਂ ਬਾਹਾਂ 'ਤੇ ਮੋਢਿਆਂ 'ਤੇ ਖੜਦਾ ਮੇਰੀ ਉਂਗਲ 'ਤੇ ਖੜਦਾ, ਲੋਕਾਂ ਦੇ ਮੋਢਿਆਂ 'ਤੇ ਖੜਦਾ ਮਲਾਪ ਦੀ ਉਂਗਲ 'ਤੇ ਖੜਦਾ। ਇੱਧਰ ਮਲਾਪ ਉਹਨੂੰ ਬਸ ਧਾਗ ਨੂੰ ਵੜ ਦੇਣਾ ਮੈਂ ਇੱਥੋਂ। ਚਲੋ ਹੁਣ ਬੁੱਕਸ ਚੁੱਕੋ, ਬੈਗ ਦੇ ਵਿੱਚ ਪਾਓ, ਠੀਕ ਹੈ। ਤੁਸੀਂ ਗੱਲਾਂ ਦੇ ਕੜਾਹ ਘੱਟ ਬਣਾਇਆ ਕਰੋ, ਮੰਜੇ ਉੱਪਰ ਡੋਸਿੰਗ ਟੇਬਲ ਭੁੱਲ, ਗੱਲਾਂ ਦੇ ਕੜਾਹ ਘੱਟ ਬਣਾਓ।